ਨਾਂਦੇੜ ਸਾਹਿਬ ਤੋਂ ਸਪੈਸ਼ਲ 5 ਤਖਤ ਟ੍ਰੇਨ ਦੀ ਸ਼ੁਰੂਆਤ ਕੀਤੀ ਗਈ। ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। 12 ਦਿਨਾਂ ਦੇ ਵਿੱਚ 5 ਤਖਤ ਸਾਹਿਬਾਨ ਦੇ ਮੁਫਤ ਦਰਸ਼ਨ ਕਰਵਾਏਗੀ ਇਹ ਟ੍ਰੇਨ। ਤਾਂ 5 ਤਖਤ ਸਾਹਿਬ ਦੇ ਦਰਸ਼ਨਾਂ ਦੇ ਲਈ ਇਸ ਟ੍ਰੇਨ ਨੂੰ ਹਰੀ ਝੰਡੀ ਦਿਖਾਈ ਗਈ ਹੈ। 12 ਦਿਨਾਂ ਦੇ ਵਿੱਚ ਸਫ਼ਰ ਨੂੰ ਪੂਰਾ ਕੀਤਾ ਜਾਵੇਗਾ। 1300 ਯਾਤਰੀਆਂ ਦੀ ਸਮਰੱਥਾ ਇਸ ਟ੍ਰੇਨ ਦੇ ਵਿੱਚ ਹੈ। ਫ੍ਰੀ ਦੇ ਵਿੱਚ ਦਰਸ਼ਨ ਕਰ ਸਕਣਗੇ ਸਾਰੇ ਯਾਤਰੀ। ਟ੍ਰੇਨ ਦੇ ਡੱਬਿਆਂ ਦੇ ਵਿੱਚ ਸਪੀਕਰ ਲੱਗੇ ਹੋਏ ਨੇ, ਜਿਸ ਰਾਹੀਂ ਗੁਰਬਾਣੀ ਦਾ ਪ੍ਰਵਾਹ ਹੁੰਦਾ ਰਹੇਗਾ। ਮੁਸਾਫਰਾਂ ਦੇ ਲਈ ਟ੍ਰੇਨ ਦੇ ਵਿੱਚ ਮੁਫਤ ਲੰਗਰਾ ਜਿਹੜਾ ਉਹ ਵੀ ਵਰਤਾਇਆ ਜਾਵੇਗਾ। ਤਾਂ ਨਾਂਦੇੜ ਸਾਹਿਬ ਤੋਂ ਸਪੈਸ਼ਲ 5 ਤਖਤ ਟ੍ਰੇਨ ਦੀ ਸ਼ੁਰੂਆਤ ਕੀਤੀ ਗਈ ਹੈ। ਰੇਲ ਰਾਜ ਮੰਤਰੀ ਰਵਨੀਤ ਬਿੱਟੂ ਦੇ ਵੱਲੋਂ ਹਰੀ ਝੰਡੀ ਦਿਖਾ ਕੇ ਟ੍ਰੇਨ ਨੂੰ ਰਵਾਨਾ ਕੀਤਾ ਗਿਆ। ਇਹ ਟ੍ਰੇਨ 12 ਦਿਨਾਂ ਦੇ ਵਿੱਚ 5 ਤਖਤ ਸਾਹਿਬਾਨ ਦੇ ਮੁਫਤ ਦਰਸ਼ਨ ਕਰਵਾਏਗੀ, ਬਿਲਕੁਲ ਫ੍ਰੀ ਹੈ। ਔਰ ਲੰਗਰਾ ਜਿਹੜਾ ਇਸ ਟ੍ਰੇਨ ਦੇ ਵਿੱਚ ਵਰਤਾਇਆ ਜਾਵੇਗਾ। 1300 ਯਾਤਰੀ ਇੱਕ ਸਮੇਂ 'ਤੇ ਇਸ ਟ੍ਰੇਨ ਦੇ ਵਿੱਚ ਸਫ਼ਰ ਕਰ ਸਕਦੇ ਨੇ। ਟ੍ਰੇਨ ਦੇ ਡੱਬਿਆਂ ਦੇ ਵਿੱਚ ਸਪੀਕਰ ਲੱਗੇ ਹੋਏ ਨੇ, ਕੀਰਤਨ ਦਾ ਪ੍ਰਵਾਹ ਉਸ ਸਪੀਕਰਾਂ ਦੇ ਜ਼ਰੀਏ ਹੁੰਦਾ ਰਹੇਗਾ। ਨਾਂਦੇੜ ਸਾਹਿਬ ਤੋਂ ਸਪੈਸ਼ਲ 5 ਤਖਤ ਟ੍ਰੇਨ ਦੀ ਸ਼ੁਰੂਆਤ ਕੀਤੀ ਗਈ। ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। 12 ਦਿਨਾਂ ਦੇ ਵਿੱਚ 5 ਤਖਤ ਸਾਹਿਬਾਨ ਦੇ ਮੁਫਤ ਦਰਸ਼ਨ ਕਰਵਾਏਗੀ ਇਹ ਟ੍ਰੇਨ। ਤਾਂ 5 ਤਖਤ ਸਾਹਿਬ ਦੇ ਦਰਸ਼ਨਾਂ ਦੇ ਲਈ ਇਸ ਟ੍ਰੇਨ ਨੂੰ ਹਰੀ ਝੰਡੀ ਦਿਖਾਈ ਗਈ ਹੈ। 12 ਦਿਨਾਂ ਦੇ ਵਿੱਚ ਸਫ਼ਰ ਨੂੰ ਪੂਰਾ ਕੀਤਾ ਜਾਵੇਗਾ। 1300 ਯਾਤਰੀਆਂ ਦੀ ਸਮਰੱਥਾ ਇਸ ਟ੍ਰੇਨ ਦੇ ਵਿੱਚ ਹੈ। ਫ੍ਰੀ ਦੇ ਵਿੱਚ ਦਰਸ਼ਨ ਕਰ ਸਕਣਗੇ ਸਾਰੇ ਯਾਤਰੀ। ਟ੍ਰੇਨ ਦੇ ਡੱਬਿਆਂ ਦੇ ਵਿੱਚ ਸਪੀਕਰ ਲੱਗੇ ਹੋਏ ਨੇ, ਜਿਸ ਰਾਹੀਂ ਗੁਰਬਾਣੀ ਦਾ ਪ੍ਰਵਾਹ ਹੁੰਦਾ ਰਹੇਗਾ। ਮੁਸਾਫਰਾਂ ਦੇ ਲਈ ਟ੍ਰੇਨ ਦੇ ਵਿੱਚ ਮੁਫਤ ਲੰਗਰਾ ਜਿਹੜਾ ਉਹ ਵੀ ਵਰਤਾਇਆ ਜਾਵੇਗਾ। ਤਾਂ ਨਾਂਦੇੜ ਸਾਹਿਬ ਤੋਂ ਸਪੈਸ਼ਲ 5 ਤਖਤ ਟ੍ਰੇਨ ਦੀ ਸ਼ੁਰੂਆਤ ਕੀਤੀ ਗਈ ਹੈ। ਰੇਲ ਰਾਜ ਮੰਤਰੀ ਰਵਨੀਤ ਬਿੱਟੂ ਦੇ ਵੱਲੋਂ ਹਰੀ ਝੰਡੀ ਦਿਖਾ ਕੇ ਟ੍ਰੇਨ ਨੂੰ ਰਵਾਨਾ ਕੀਤਾ ਗਿਆ। ਇਹ ਟ੍ਰੇਨ 12 ਦਿਨਾਂ ਦੇ ਵਿੱਚ 5 ਤਖਤ ਸਾਹਿਬਾਨ ਦੇ ਮੁਫਤ ਦਰਸ਼ਨ ਕਰਵਾਏਗੀ, ਬਿਲਕੁਲ ਫ੍ਰੀ ਹੈ। ਔਰ ਲੰਗਰਾ ਜਿਹੜਾ ਇਸ ਟ੍ਰੇਨ ਦੇ ਵਿੱਚ ਵਰਤਾਇਆ ਜਾਵੇਗਾ। 1300 ਯਾਤਰੀ ਇੱਕ ਸਮੇਂ 'ਤੇ ਇਸ ਟ੍ਰੇਨ ਦੇ ਵਿੱਚ ਸਫ਼ਰ ਕਰ ਸਕਦੇ ਨੇ। ਟ੍ਰੇਨ ਦੇ ਡੱਬਿਆਂ ਦੇ ਵਿੱਚ ਸਪੀਕਰ ਲੱਗੇ ਹੋਏ ਨੇ, ਕੀਰਤਨ ਦਾ ਪ੍ਰਵਾਹ ਉਸ ਸਪੀਕਰਾਂ ਦੇ ਜ਼ਰੀਏ ਹੁੰਦਾ ਰਹੇਗਾ। ਨਾਂਦੇੜ ਸਾਹਿਬ ਤੋਂ ਸਪੈਸ਼ਲ 5 ਤਖਤ ਟ੍ਰੇਨ ਦੀ ਸ਼ੁਰੂਆਤ ਕੀਤੀ ਗਈ। ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। 12 ਦਿਨਾਂ ਦੇ ਵਿੱਚ 5 ਤਖਤ ਸਾਹਿਬਾਨ ਦੇ ਮੁਫਤ ਦਰਸ਼ਨ ਕਰਵਾਏਗੀ ਇਹ ਟ੍ਰੇਨ। ਤਾਂ 5 ਤਖਤ ਸਾਹਿਬ ਦੇ ਦਰਸ਼ਨਾਂ ਦੇ ਲਈ ਇਸ ਟ੍ਰੇਨ ਨੂੰ ਹਰੀ ਝੰਡੀ ਦਿਖਾਈ ਗਈ ਹੈ। 12 ਦਿਨਾਂ ਦੇ ਵਿੱਚ ਸਫ਼ਰ ਨੂੰ ਪੂਰਾ ਕੀਤਾ ਜਾਵੇਗਾ। 1300 ਯਾਤਰੀਆਂ ਦੀ ਸਮਰੱਥਾ ਇਸ ਟ੍ਰੇਨ ਦੇ ਵਿੱਚ ਹੈ। ਫ੍ਰੀ ਦੇ ਵਿੱਚ ਦਰਸ਼ਨ ਕਰ ਸਕਣਗੇ ਸਾਰੇ ਯਾਤਰੀ। ਟ੍ਰੇਨ ਦੇ ਡੱਬਿਆਂ ਦੇ ਵਿੱਚ ਸਪੀਕਰ ਲੱਗੇ ਹੋਏ ਨੇ, ਜਿਸ ਰਾਹੀਂ ਗੁਰਬਾਣੀ ਦਾ ਪ੍ਰਵਾਹ ਹੁੰਦਾ ਰਹੇਗਾ। ਮੁਸਾਫਰਾਂ ਦੇ ਲਈ ਟ੍ਰੇਨ ਦੇ ਵਿੱਚ ਮੁਫਤ ਲੰਗਰਾ ਜਿਹੜਾ ਉਹ ਵੀ ਵਰਤਾਇਆ ਜਾਵੇਗਾ। ਤਾਂ ਨਾਂਦੇੜ ਸਾਹਿਬ ਤੋਂ ਸਪੈਸ਼ਲ 5 ਤਖਤ ਟ੍ਰੇਨ ਦੀ ਸ਼ੁਰੂਆਤ ਕੀਤੀ ਗਈ ਹੈ। ਰੇਲ ਰਾਜ ਮੰਤਰੀ ਰਵਨੀਤ ਬਿੱਟੂ ਦੇ ਵੱਲੋਂ ਹਰੀ ਝੰਡੀ ਦਿਖਾ ਕੇ ਟ੍ਰੇਨ ਨੂੰ ਰਵਾਨਾ ਕੀਤਾ ਗਿਆ। ਇਹ ਟ੍ਰੇਨ 12 ਦਿਨਾਂ ਦੇ ਵਿੱਚ 5 ਤਖਤ ਸਾਹਿਬਾਨ ਦੇ ਮੁਫਤ ਦਰਸ਼ਨ ਕਰਵਾਏਗੀ, ਬਿਲਕੁਲ ਫ੍ਰੀ ਹੈ। ਔਰ ਲੰਗਰਾ ਜਿਹੜਾ ਇਸ ਟ੍ਰੇਨ ਦੇ ਵਿੱਚ ਵਰਤਾਇਆ ਜਾਵੇਗਾ। 1300 ਯਾਤਰੀ ਇੱਕ ਸਮੇਂ 'ਤੇ ਇਸ ਟ੍ਰੇਨ ਦੇ ਵਿੱਚ ਸਫ਼ਰ ਕਰ ਸਕਦੇ ਨੇ। ਟ੍ਰੇਨ ਦੇ ਡੱਬਿਆਂ ਦੇ ਵਿੱਚ ਸਪੀਕਰ ਲੱਗੇ ਹੋਏ ਨੇ, ਕੀਰਤਨ ਦਾ ਪ੍ਰਵਾਹ ਉਸ ਸਪੀਕਰਾਂ ਦੇ ਜ਼ਰੀਏ ਹੁੰਦਾ ਰਹੇਗਾ।